ਕਿਵੇਂ ਦੇਖਦੇ ਹੋ ਕੱਲ੍ਹ ਵਾਲੀ ਜਿਹੜੀ ਘਟਨਾ ਘਟੀ? ਇੱਕ ਪਾਸੇ ਤਾਂ ਵਾਕਈ ਜਿਹੜਾ ਨਵੀਂ ਬਿਲਡਿੰਗ ਬਣੀ, ਨਵੀਂ ਸੰਸਦ ਭਵਨ ਬਣੀ ਹੈ, ਉਸ ਨੂੰ ਲੈ ਕੇ ਉਹਦਾ ਉਦਘਾਟਨ ਸੀ, ਪਰ ਦੂਜੇ ਪਾਸੇ ਇੱਕ ਬਦਲਾਵ ਉਹ ਵੀ ਦੇਖਿਆ ਕਿ ਜਿੱਥੇ ਤਾਂ ਆਸ ਸੀਗੀ ਇਨਸਾਫ਼ ਨੂੰ ਲੈ ਕੇ, ਉਹਨਾਂ 'ਤੇ ਲਾਠੀਚਾਰਜ ਕਰ ਦਿੱਤਾ ਗਿਆ। ਬੇਟੀ, ਗੱਲ ਬੜੀ ਸਪਸ਼ਟ ਹੈ। ਕੱਲ੍ਹ ਦਾ ਜਿਹੜਾ ਦਿਨ ਸੀਗਾ, ਇਹ ਵਾਕਈ ਜਿਹੜਾ ਸੀਗਾ ਤਾਨਾਸ਼ਾਹੀ ਦਾ ਆਗਾਜ਼ ਜੇ ਕਿਹਾ ਜਾਏ ਇਹਨੂੰ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਜੇ ਇੱਕ ਐਡਾ ਵੱਡਾ ਇਤਿਹਾਸਿਕ ਦਿਹਾੜਾ ਸੀ ਤੇ ਦੇਸ਼ ਦੀਆਂ ਧੀਆਂ ਨਾਲ ਖਿਲਵਾੜ ਕਿਉਂ, ਜਿਹਦੇ ਬਾਰੇ ਮੋਦੀ ਜੀ ਨੇ ਉਨੀ ਜ਼ੋਰ ਸ਼ੋਰ ਨਾਲ ਇਹ ਗੱਲ ਕਹੀ ਸੀਗੀ। ਹਰਿਆਣਾ ਵਿੱਚ ਜਾ ਕੇ ਸੋਨੀਪਤ ਤੋਂ ਇਹ ਗੱਲ ਕਹੀ ਸੀਗੀ, ਬੇਟੀ ਬਚਾਓ ਬੇਟੀ ਪੜ੍ਹਾਓ 2015 ਦੇ ਵਿੱਚ ਆਗਾਜ਼ ਕੀਤਾ ਸੀ। ਲੋਕਾਂ ਨੂੰ ਇਸ ਨਾਰੇ ਦੇ ਥੱਲੇ ਕਿੰਨਾ ਬੇਵਕੂਫ ਬਣਾਇਆ ਗਿਆ, ਇਹ ਗੱਲ ਕੱਲ੍ਹ ਉੱਗੜ ਕੇ ਸਾਹਮਣੇ ਆ ਗਈ। ਬੇਟੀ ਬਚਾਓ ਬੇਟੀ ਪੜ੍ਹਾਓ ਇਸਦਾ ਮਤਲਬ ਇਹ ਹੈ, ਡਬਲ ਇੰਜਨ ਦੀ ਸਰਕਾਰ ਹਰਿਆਣਾ ਦੀ, ਖੱਟਰ ਸਾਹਿਬ ਜਿਹੜੇ ਇੰਨੇ ਛਾਤੀ ਦੇ ਉੱਤੇ ਠੋਕ ਵਜਾ ਕੇ ਕਹਿੰਦੇ ਨੇ, ਉਸੇ ਪ੍ਰਦੇਸ਼ ਦੀਆਂ ਧੀਆਂ ਜਿਹੜੀਆਂ ਅੱਜ ਜੰਤਰ ਮੰਤਰ ਦੇ ਬਾਰਡਰ 'ਤੇ ਬੈਠੀਆਂ, ਅਤੇ ਸਾਡੀ ਦਿੱਲੀ ਦੀ ਜਿਹੜੀ ਪੁਲਿਸ ਹੈ ਉਹਨੇ ਤਿਰੰਗੇ ਦਾ ਅਪਮਾਨ ਕੀਤਾ। ਇੱਕ ਗੱਲ ਤੁਸੀਂ ਦੇਖੋ, 2015 ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਅੰਦੋਲਨ ਸ਼ੁਰੂ ਹੋਇਆ ਸੀਗਾ। ਇਹ ਅੰਦੋਲਨ ਹੀ ਕਹਾਂਗਾ, ਇੱਕ ਚੰਗਾ ਰੁਝਾਨ ਸੀ ਦੇਸ਼ ਦੀਆਂ ਧੀਆਂ ਵਾਸਤੇ। ਜੇ ਇਹ ਧੀਆਂ ਜਿਹੜੀਆਂ ਆਪਣੀ ਦੇਸ਼ ਦੀ ਖਾਤਰ ਸੋਨਾ ਜਿੱਤ ਸਕਦੀਆਂ ਤੇ ਆਪਣੇ ਮਾਨ ਸਨਮਾਨ ਦੀ ਖਾਤਰ ਉਹ ਕਿਸੇ ਨੂੰ ਵੀ ਉਲਟਾ ਸਕਦੀਆਂ ਸੀ। ਲੇਕਿਨ ਅੱਜ ਜੋ ਮੋਦੀ ਜੀ ਨੇ ਕਰਕੇ ਦਿਖਾ ਦਿੱਤਾ, ਜੰਤਰ ਮੰਤਰ ਦੇ ਉੱਤੇ ਧੀਆਂ ਦੇ ਉੱਤੇ ਪੁਲਿਸ ਦਾ ਅਤਿਆਚਾਰ ਦਿਖਾ ਦਿੱਤਾ, 18 ਘੰਟੇ ਕੰਮ ਕਰਦੇ ਨੇ, ਲੇਕਿਨ 18 ਘੰਟਿਆਂ ਵਿੱਚੋਂ 18 ਮਿੰਟ ਜਾਂ ਸਕਿੰਟ ਜਿਹੜੇ ਹੈ ਦੇਸ਼ ਦੀਆਂ ਧੀਆਂ ਲਈ ਜੰਤਰ ਮੰਤਰ 'ਤੇ ਜਾ ਕੇ ਨਹੀਂ ਕਰ ਸਕੇ। ਇਹ ਸਭ ਤੋਂ ਵੱਡੀ ਜਿਹੜੀ ਗਲਤ ਗੱਲ ਹੈ। ਇੰਨਾ ਕੁਛ ਮੰਨ ਲਈਏ ਕਿ ਭਾਜਪਾ ਇੰਨਾ ਕੁਛ ਕਰ ਰਹੀ ਹੈ, ਇੰਨਾ ਜੇ ਉਹ ਜਾਤੀਆਂ ਕਰ ਰਹੀ ਹੈ, ਪਰ ਫਿਰ ਭਾਜਪਾ ਉਸੇ ਤਰੀਕੇ ਨਾਲ ਆਉਂਦੀ ਹੈ। ਗੁਜਰਾਤ ਵਾਲੇ ਪਾਸੇ ਚਲੇ ਜਾਓ, ਉੱਥੇ ਰਿਕਾਰਡ ਹੀ ਬਣਾ ਦਿੰਦੀ ਹੈ। ਇਹ ਕਿਤੇ ਨਾ ਕਿਤੇ ਇਹ ਵੀ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਨੇ ਨਾ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੁਹਾਨੂੰ ਇੱਕ ਗੱਲ ਮੈਂ ਚੇਤਾਵਾਂ, ਇੱਥੇ 2 ਦਿਨ ਪਹਿਲੇ ਦੀ ਗੱਲ ਹੈ, ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ PIL ਇਸੇ ਵਿਸ਼ੇ 'ਤੇ ਪ੍ਰੈਜੈਂਟ ਹੋਈ ਸੀ, ਅਤੇ ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਹੀ ਐਂਟਰਟੇਨ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਡਾਕਟਰ ਅੰਬੇਦਕਰ ਸਾਹਿਬ, ਭੀਮ ਰਾਓ ਅੰਬੇਦਕਰ ਸਾਹਿਬ ਦਾ ਅਪਮਾਨ ਹੋਇਆ, ਇਹ ਦੇਸ਼ ਦੇ ਲੋਕਾਂ ਦਾ ਅਪਮਾਨ ਹੋਇਆ, ਇਹ ਦੇਸ਼ ਦੇ ਤਿਰੰਗੇ ਦਾ ਅਪਮਾਨ ਹੋਇਆ। ਇਹ ਇੱਕ ਨੀਂਹ ਰੱਖੀ ਗਈ ਹੈ ਇਸ ਇਤਿਹਾਸਿਕ ਦਿਹਾੜੇ ਦੇ ਉੱਤੇ, ਔਰ ਇਹ ਨੀਂਹ ਕਿੱਧਰ ਨੂੰ ਲਿਜਾਏਗੀ? ਮੋਦੀ ਜੀ ਦੀਆਂ 2 ਗੱਲਾਂ ਯਾਦ ਆਉਂਦੀਆਂ, ਟੁਕੜੇ ਟੁਕੜੇ ਗੈਂਗ ਪਹਿਲੀ ਗੱਲ, ਅਤੇ ਦੂਜੀ ਗੱਲ ਇਹ ਕਿ ਦੇਸ਼ ਬਚਾਓ, ਅਤੇ ਦੇਸ਼ ਵਿੱਚੋਂ ਜਿਹੜੇ ਨੇ ਬੱਚੇ ਉਹ ਭਜਾਓ। ਇਹ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਜਾਂ ਨਹੀਂ ਹੈ, ਇਹ ਸੁਪਰੀਮ ਕੋਰਟ ਕਿਉਂ ਚੁੱਪ ਹੈ? ਇਸ ਨੂੰ ਇਸ ਦੇ ਉੱਤੇ ਸਿਉ ਮੋਟੋ ਪਾਵਰ ਆਪਣੀ ਐਕਸਰਸਾਈਜ਼ ਕਰਕੇ ਭਾਰਤ ਸਰਕਾਰ ਦੀ ਜਵਾਬਦੇਹੀ ਕਰਨੀ ਚਾਹੀਦੀ ਹੈ, ਦਿੱਲੀ ਪੁਲਿਸ ਦੀ ਜਵਾਬਦੇਹੀ ਕਰਨੀ ਚਾਹੀਦੀ ਹੈ ਕਿ ਇਹਨਾਂ ਬੇਟੀਆਂ ਨੂੰ ਅਧਿਕਾਰ ਹੈ ਜਾਂ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਹਰਸਿੰਦਰ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿਉਣ ਦਾ ਵੇ। ਜੀ ਹਾਂ, ਅੱਜ ਨਜ਼ਰ ਦਿੱਲੀ 'ਤੇ ਰਹੇਗੀ ਕਿਉਂਕਿ ਦਿੱਲੀ ਭਾਰਤ ਦੀ ਰਾਜਧਾਨੀ, ਦਿੱਲੀ ਜਿੱਥੇ ਕਿ ਸੁਪਰੀਮ ਕੋਰਟ, ਲੋਕਾਂ ਨੂੰ ਆਸ ਕਿ ਸਾਨੂੰ ਨਿਆਂ ਮਿਲੂਗਾ, ਦਿੱਲੀ ਜਿੱਥੇ ਕਿ ਭਾਰਤ ਦੀ ਸਰਕਾਰ ਚੱਲਦੀ ਹੈ, ਭਾਰਤ ਚੱਲਦਾ, ਸਰਕਾਰਾਂ ਉੱਥੇ ਬੈਠਦੀਆਂ ਨੇ ਕਿਉਂਕਿ ਨਵਾਂ ਸੰਸਦ ਭਵਨ ਵੀ ਹੁਣ ਉੱਥੇ, ਅਤੇ ਉੱਥੋਂ ਵੀ ਇਹੀ ਆਸ ਕਿ ਸਾਨੂੰ ਨਿਆਂ ਮਿਲੂਗਾ। ਪਰ ਰੈਸਲਰ ਬੈਠੇ ਸੀ ਜਿਨ੍ਹਾਂ 'ਤੇ ਭਾਰਤ ਨੂੰ ਆਸ ਸੀ ਕਿ ਹਾਂ ਇਹ ਸਾਡੇ ਵਾਸਤੇ ਤਗਮੇ ਲੈ ਕੇ ਆਉਣਗੇ, ਇਹ ਸਾਡੇ ਵਾਸਤੇ ਓਲੰਪਿਕ 'ਚ ਜਾਣਗੇ ਅਤੇ ਉੱਥੋਂ ਗੋਲਡ ਲੈ ਕੇ ਆਉਣਗੇ, ਭਾਰਤ ਦਾ ਨਾਮ ਰੋਸ਼ਨ ਕਰਨਗੇ, ਪਰ ਉਹ ਧਰਨੇ 'ਤੇ ਬੈਠੇ ਸੀ। ਪਰ ਕੱਲ੍ਹ ਜਿਸ ਤਰੀਕੇ ਨਾਲ ਉਹ ਧਰਨਾ ਚੁਕਾਇਆ ਗਿਆ, ਇਹ ਕਿੰਨਾ ਕੁ ਜਾਇਜ਼, ਇਹ ਕਿੰਨਾ ਕੁ ਉਹਨਾਂ ਨਾਲ ਇਨਸਾਫ, ਇਸ 'ਤੇ ਚਰਚਾ ਕਰਾਂਗੇ। ਕਿਉਂਕਿ ਕੱਲ੍ਹ ਜਿਹੜੀਆਂ ਤਸਵੀਰਾਂ ਆਈਆਂ, ਇੱਕ ਪਾਸੇ ਤਾਂ ਨਵੀਂ ਸੰਸਦ ਭਵਨ ਦਾ ਉਦਘਾਟਨ ਹੋ ਰਿਹਾ ਸੀ ਅਤੇ ਦੂਜੇ ਪਾਸੇ
वह धरना चुका दिता गया, वह खिडारियों से लाठीचार्ज किया गया, किन्ना क जायज की ये इंसाफ, इस पर चर्चा करांगे। तो मेरे नाल मौजूद रहेंगे, आओ पहले स्वागत कर लें जगमोहन सिंह भट्टी जी का। सत्या जगमोहन सत श्रीकालीर जी, थोड़े सारे स्रोतियों देखने वाले जेड़े निघ ते प्यार नाल देखते ने सत्कार अपना देंदे ने सानू उन्हें धन्नवादियां दी। जगमोहन सिंह जी किवें देखते हो कल वाली जिहड़ी घटना घटी? एक पासे तां वाकई जिहड़ा नवीं बिल्डिंग बनी, नवीं संसद भवन बनी है, उस नूं लैके उहदा उद्घाटन सी, प्रधानमंत्री मोदी उसका उद्घाटन करते हैं, वह तस्वीर वाकई लगता है कि चलो बदलाव आ रहा है। वो पुरानी बिल्डिंग सी, नवी लोड़ भी सी बदलाव के हिसाब न, पर दूजे पासे एक बदलाव वो भी देखा कि जिथे तो आस सी इंसाफ नू लैके उन्होंने लाठीचार्ज कर दिता गया, किवें देखते हो सारा? वीर जी गल बड़ी स्पष्ट है, कल का जिहड़ा दिन सीगा ਇਹ ਵਾਕਈ ਜਿਹੜਾ ਸੀਗਾ ਤਾਨਾਸ਼ਾਹੀ ਦਾ ਆਗਾਜ਼ ਜੇ ਕਿਹਾ ਜਾਏ ਇਹਨੂੰ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜੇ ਇੱਕ ਐਡਾ ਵੱਡਾ ਇਤਿਹਾਸਕ ਦਿਹਾੜਾ ਸੀ ਤੇ ਦੇਸ਼ ਦੀਆਂ ਧੀਆਂ ਨਾਲ ਖਿਲਵਾੜ ਕਿਉਂ, ਜਿਹਦੇ ਬਾਰੇ ਮੋਦੀ ਜੀ ਨੇ 19 ਜ਼ੋਰ ਸ਼ੋਰ ਨਾਲ ਇਹ ਗੱਲ ਕਹੀ ਸੀਗੀ। ਹਰਿਆਣਾ ਵਿੱਚ ਜਾ ਕੇ ਪਾਨੀਪਤ ਤੋਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸੋਨੀਪਤ ਤੋਂ ਇਹ ਗੱਲ ਕਹੀ ਸੀਗੀ, ਬੇਟੀ ਬਚਾਓ ਬੇਟੀ ਪੜ੍ਹਾਓ। 2015 ਦੇ ਵਿੱਚ ਇਹ ਆਗਾਜ਼ ਕੀਤਾ ਸੀ, ਮਨੋਹਰ ਲਾਲ ਖੱਟਰ ਜੀ ਦੀ ਸਰਕਾਰ ਸੀਗੀ, ਔਰ ਲੋਕਾਂ ਨੂੰ ਇਸ ਨਾਰੇ ਦੇ ਥੱਲੇ ਕਿੰਨਾ ਬੇਵਕੂਫ ਬਣਾਇਆ ਗਿਆ, ਇਹ ਗੱਲ ਕੱਲ ਉੱਗੜ ਕੇ ਸਾਹਮਣੇ ਆ ਗਈ ਕਿ ਦੇਸ਼ ਦੀਆਂ ਧੀਆਂ ਜਦੋਂ ਮੈਡਲ ਲੈ ਕੇ ਆਈਆਂ ਸਨ ਉਹਨਾਂ ਨੂੰ ਫੋਟੋ ਸੈਸ਼ਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਮੋਦੀ ਜੀ ਦੇ, ਔਰ ਉਹਨਾਂ ਨੂੰ ਬੜਾ ਮਾਨ ਸਤਿਕਾਰ ਦਿੱਤਾ ਗਿਆ। ਔਰ ਜਦੋਂ ਉਹ ਅੱਜ ਆਪਣੀਆਂ ਹੱਕੀ ਗੱਲਾਂ ਕਹਿਣ ਦੇ ਲਈ ਜੰਤਰ ਮੰਤਰ ਤੇ ਗਈਆਂ ਨੇ, ਤੇ ਉਹ ਪਹਿਲੀ ਗੱਲ ਇਹ ਹੈ ਕਿ ਉਹਨਾਂ ਲਈ ਇਹ ਨੌਬਤ ਕਿਉਂ ਆਈ ਕਿ ਉਹਨਾਂ ਨੂੰ ਆਪਣੀ ਗੱਲ ਕਹਿਣ ਲਈ ਵੀ, ਮੋਦੀ ਸਰਕਾਰ ਨੂੰ ਸੁਣਾਉਣ ਦੇ ਵਾਸਤੇ ਵੀ ਸਾਨੂੰ ਜੰਤਰ ਮੰਤਰ ਤੇ ਉਹਨਾਂ ਨੂੰ ਦੇਖਣਾ ਪਿਆ। ਕਿਸ ਵਜ੍ਹਾ ਕਰਕੇ ਦੇਖਣਾ ਪਿਆ? ਬੇਟੀ ਬਚਾਓ ਬੇਟੀ ਪੜ੍ਹਾਓ, ਇਸ ਦਾ ਮਤਲਬ ਇਹ ਹੈ ਡਬਲ ਇੰਜਨ ਦੀ ਸਰਕਾਰ ਹਰਿਆਣਾ ਦੀ, ਖੱਟਰ ਸਾਹਿਬ ਜਿਹੜੇ ਇੰਨੇ ਛਾਤੀ ਦੇ ਉੱਤੇ ਠੋਕ ਵਜਾ ਕੇ ਕਹਿੰਦੇ ਨੇ ਕਿ ਡਬਲ ਇੰਜਨ ਦੀ ਸਰਕਾਰ ਹੈ, ਉਸੇ ਪ੍ਰਦੇਸ਼ ਦੀਆਂ ਧੀਆਂ ਜਿਹੜੀਆਂ ਅੱਜ ਜੰਤਰ ਮੰਤਰ ਦੇ ਬਾਰਡਰ ਤੇ ਬੈਠੀਆਂ, ਤੇ ਉਹਨਾਂ ਦੀ ਗੱਲ ਕਿਉਂ ਨਹੀਂ ਸੁਣੀ ਮੋਦੀ ਜੀ ਨੇ? ਇਹ ਗੱਲ ਇੱਕ ਬੜੀ ਵਾਰ ਵਾਰ ਜਿਹੜੀ ਹੈ ਸੋਸ਼ਲ ਮੀਡੀਆ ਦੇ ਗਲਿਆਰਿਆਂ ਵਿੱਚ, ਯੂਟਿਊਬ ਚੈਨਲ ਤੇ, ਇੰਸਟਾਗ੍ਰਾਮ ਤੇ ਕਈ ਹੋਰ ਜਿਹੜੇ ਵੀ ਮੋੜ ਨੇ ਉਹਨਾਂ ਉੱਤੇ ਬੜੀ ਇਸ ਤਰ੍ਹਾਂ ਚੱਲ ਰਹੀ ਹੈ, ਛਾ ਰਹੀ ਹੈ ਕਿ ਜਿਵੇਂ ਬੜਾ ਵੱਡਾ ਕੰਮ ਗਲਤ ਕਰ ਦਿੱਤਾ, ਔਰ ਇਹ ਵਾਕਈ ਇਹ ਗਲਤ ਕੰਮ ਹੋਇਆ, ਕਿਉਂਕਿ ਜਦੋਂ ਧੀਆਂ ਸੰਸਦ ਭਵਨ ਵੱਲ ਜਾ ਰਹੀਆਂ ਸਿਰਫ ਆਪਣਾ ਦਰਜ ਕਰਾਉਣ ਦੇ ਵਾਸਤੇ ਰੋਸ, ਤੇ ਉਹਨਾਂ ਦੇ ਹੱਥ ਵਿੱਚ ਤਿਰੰਗਾ ਝੰਡਾ, ਤੇ ਦਿੱਲੀ ਪੁਲਿਸ ਦੀ ਬਰਬਕਤਾ ਜਿਹੜੀ ਹੈ 1984 ਦੀ ਨਸਲ ਕੁਛੀ ਨੂੰ ਵੀ ਯਾਦ ਕਰਾਉਂਦੀ ਹੈ ਕਿ ਇਹ ਇੱਕ ਵੈਲ ਆਰਗੇਨਾਈਜ਼ਡ ਗੈਂਗ ਆਫ ਡਕੈਟਸ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਜਿਹੜੀਆਂ ਉੱਗੜ ਕੇ ਸਾਹਮਣੇ ਨਹੀਂ ਆਈਆਂ, ਲੋਕ ਕਹਿੰਦੇ ਨੇ, ਮੈਂ ਨਹੀਂ ਕਹਿੰਦਾ। ਔਰ ਇਹ ਚੀਜ਼ ਨੂੰ ਦੇਖੋ ਤੁਸੀਂ, ਤਿਰੰਗਾ ਝੰਡਾ ਉਹਨਾਂ ਦੇ ਹੱਥ ਵਿੱਚ ਹੈ, ਉਹਨਾਂ ਦੇ ਹੱਥੋਂ ਤਿਰੰਗਾ ਝੰਡਾ ਗਿਰ ਗਿਆ ਥੱਲੇ, ਇਹ ਤਿਰੰਗੇ ਝੰਡੇ ਦਾ ਅਪਮਾਨ ਹੋਇਆ। ਕਿਸ ਦਿਨ ਇਤਿਹਾਸਕ ਦਿਹਾੜਾ ਜਿਹੜਾ ਕਿਹਾ ਗਿਆ ਇਨੈਗੂਰੇਸ਼ਨ ਦਾ, ਜਿਹੜੀ ਇਹ ਸੰਸਦ ਦੀ ਇਨੈਗੂਰੇਸ਼ਨ ਕੀਤੀ ਗਈ ਹੈ, ਠੁੱਕ ਵਜਾ ਕੇ ਕੀਤੀ ਗਈ ਹੈ। ਮੋਦੀ ਨੇ ਬੜੇ ਗੋਦੀ ਨੇ ਬੜੇ ਗੁਣ ਗਾਇਨ ਗਾਏ ਨੇ, ਇਸ ਚੀਜ਼ ਦੇ ਗਾਣੇ ਵੀ ਚਾਹੀਦੇ ਸੀਗੇ, ਤੇ ਗੋਦੀ ਮੀਡੀਆ ਨੇ ਇਸ ਚੀਜ਼ ਦਾ ਬੜਾ ਗਾਇਨ ਕੀਤਾ, ਕਿਉਂਕਿ ਉਹਨਾਂ ਨੂੰ ਰੱਜ ਕੇ ਝੋਲੀਆਂ ਭਰ ਕੇ ਬੜਾ ਕੁਛ ਮਿਲਿਆ, ਨਿਆਮਤਾਂ ਮਿਲੀਆਂ, ਤੇ ਉਹਨਾਂ ਨੇ ਇਹ ਧੀਆਂ ਦੇ ਉੱਤੇ ਜਿਹੜਾ ਦਿੱਲੀ ਪੁਲਿਸ ਦਾ ਅਤਿਆਚਾਰ ਹੈ, ਜਿਹੜੀ ਅਮਿਤ ਸ਼ਾਹ ਹੋਮ ਮਿਨਿਸਟਰ ਦੇ ਥੱਲੇ ਆਉਂਦੀ ਹੈ, ਉਹਨਾਂ ਬਾਰੇ ਇਹ ਨਹੀਂ ਦਿਖਾਇਆ ਗਿਆ ਤਿਰੰਗੇ ਝੰਡੇ ਦਾ ਅਪਮਾਨ। ਅੱਜ ਜੇ ਇਸ ਗੱਲ ਨੂੰ ਜੋੜ ਕੇ ਦੇਖਿਆ ਜਾਏ ਇਸ ਸੰਦਰਭ ਦੇ ਵਿੱਚ, ਲਾਲ ਕਿਲੇ ਦੇ ਉੱਤੇ ਜਦੋਂ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਸੀ, ਨਿਸ਼ਾਨ ਸਾਹਿਬ ਦੀ ਪਰੰਪਰਾ ਜਿਹੜੀ 200 ਸਾਲ ਤੋਂ ਵੱਧ ਪੁਰਾਣੀ ਪਰੰਪਰਾ ਹੈ, ਜਦੋਂ ਸਿੱਖਾਂ ਨੇ ਦਿੱਲੀ ਪਹਿਲੀ ਵਾਰੀ ਕਾਬਜ ਕੀਤੀ ਸੀ ਲਾਲ ਕਿਲੇ ਦੀ ਪਚੀਲ ਤੇ, ਤਿਰੰਗਾ ਨਿਸ਼ਾਨ ਸਾਹਿਬ ਜਿੱਥੇ ਅੱਜ ਦੋਨੋਂ ਚੱਲੇ ਔਰ ਲਹਿਰਾਏ, ਲੇਕਿਨ ਫਿਰ ਵੀ ਉਹਨਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਤਿਰੰਗੇ ਦਾ ਅਪਮਾਨ ਨਾ ਹੋਵੇ, ਤੇ ਸਾਡੀ ਦਿੱਲੀ ਦੀ ਜਿਹੜੀ ਪੁਲਿਸ ਹੈ ਉਹਨੇ ਤਿਰੰਗੇ ਦਾ ਅਪਮਾਨ ਕੀਤਾ, ਔਰ ਜਿਹਨਾਂ ਦੀ ਵਜ੍ਹਾ ਕਰਕੇ ਹੋਇਆ ਉਹਨਾਂ ਉੱਤੇ UAPA ਲੱਗਣੀ ਚਾਹੀਦੀ ਹੈ ਕਿ ਨਹੀਂ, ਮੋਦੀ ਜੀ ਲਾਣਗੇ ਕਿ ਨਹੀਂ, ਔਰ ਬਿਲਕੁਲ ਨਹੀਂ ਲਾਣਗੇ।
क्योंकि ये गल के संकेत उदों ही स्पष्ट हो गए सन जदों राजीव सूरी वर्सिज दिल्ली डिवेलपमेंट अथॉरिटी के केस विच सुप्रीम कोर्ट ने जिहड़ा सेंट्रल विस्टा जिहड़ा ये प्रोजेक्ट जिहड़ा अज नवी संसद के रूप में उगड़ के सामने आया इस दे उत्ते मोहर ला दिती सी भी ये ठीक है। और मानयोग सुप्रीम कोर्ट ने यह भी नहीं सी सोचा कि ब्रिटिश पार्लीमेंट जिहड़ी है 6 सेंचुरीज तो भी वध पुरानी है और उतों ही चल रही है ते ये भारत सरकार की जिहड़ी 1927 की बनी हुई पार्लीमेंट है इस नूं बदलन की दशा ते दिशा क्यों हो गई। इत्थे साडी मानयोग सुप्रीम कोर्ट ने यह संकेत दे दिते सी कि वह कॉन्स्टीट्यूशनल ना हो के इंस्टीट्यूशनल ना हो के एक इंस्ट्रूमेंटैलिटी ऑफ स्टेट बन के रह गई है। आर्टिकल 12 कॉन्स्टिट्यूशन ऑफ इंडिया का रज के उहदे विच अपमान होया। और यही नहीं तुसी ये देखो देश की प्रधानमंत्री एक धी है और एक उस वर्ग तो आउंदी है जिहदा मान सम्मान चुकन की खातर बड़ा ढोल ढमका वजाया जांदा है लेकिन राष्ट्रपति की गल कर रहे हो तुसी ओ मेरे ख्याल तुसी गलत कह रहे हो प्रधान जी राष्ट्र जी जी राष्ट्रपति जी की गल कर रहा मैं जी राष्ट्रपति मुर्मू जी की गल कर रहा वह दलित बेटी है तिया का मान सम्मान जे हों मोदी जी के मन जरा भी जे बेटी बचाओ बेटी पढ़ाओ का जो अंदोलन से चलिया फिर घट्टो घट देश की नारी जी पहली प्रथम सिटीजन है ऑफ इंडिया जी सुप्रीम कमांडर है आर्मड फोर्सिज की भारत सरकार की फौज की उनका यह अपमान क्यों किया गया उन्होंने ये मान सम्मान क्यों नहीं दिता गया। इसका मतलब यह है कि यह जुमलेबाजी जी है रज के वड्डी प्रूव हो गई है। एक गल तुसी देखो 2015 विच बेटी बचाओ बेटी पढ़ाओ अंदोलन शुरू होया सीगा ये अंदोलन ही कहांगा एक चंगा रुझान सी देश दीआं धीआं वास्ते और होना भी चाहिए देश दे विच जिहड़ी खट्टड़ गवर्नमेंट है हरियाणा की उसने पुलिस थाने महिला पुलिस थानों का उद्घाटन से आगाज किया लेकिन नाकाम रही कितने जदों मूरथल गैंग रेप केस 2015 दे विच हो गए सीगे नाल ही बेटी बचाओ बेटी पढ़ाओ ते नाल ही बेटियां का अपमान हो गया सी ते अज 2023 विच फिर हरियाणा दीआं पहलवान बेटियां जिहड़ियां उन्हां दा अपमान होया। और तुसीं इह देखो मैं उन्हां बेटियां नूं सल्यूट करदा जिन्हां ने पहलवान होने के बावजूद भी अपनी पहलवानी जिहड़ी है दिल्ली पुलिस ते नहीं दिखाई नहीं तो दिल्ली पुलिस जिहड़ी है इस वेले एम्स विच जाके अपना इलाज करांदी हुंदी। जे ये धीआं जिहड़ियां अपनी देश की खातर सुनना जित सकदियां ते अपने मान सम्मान की खातर वह किसी नूं भी उलटा सकदियां सी और इन्हां उन्होंने बड़ी अकलमंदी और सहज भाव नाल यह जिहड़ी सरकार है 2024 च इहदा पाठ पढ़ दिता उन्होंने देश नूं दस दिता है असीं देश दीआं धीआं वां असीं अपने मान सम्मान की रक्षा की खातर इत्थे हाँ। और अज जिहड़ी मानयोग सुप्रीम कोर्ट दिल्ली विच सीट उत्थे हैगी है दिल्ली हाई कोर्ट के जिहड़ी जजां की खंडपीठ है कॉन्स्टीट्यूशनल किसी ने यह जरूरत नहीं की कि इन्हां धीआं नाल ये खिलवाड़ क्यों किसी ने पुछण की जरूरत नहीं की किस वजह करके नहीं की। मूरथल गैंगरेप केस की गल कर रहा सा मैं उहदा अज तक कोई नतीजा नहीं आया ये सारी जिहड़ियां कड़ियां ने इस गल का इशारा करदियां है कि ना मिला खुला खुदा ना मिला विथाले सनम ना इधर कह रहे ना उधर कह रहे इस वेले गोदी मीडिया नू सब तो वड्डा जिहड़ा है एक फोबिया एक बुखार चढ़िया होया है कि किन्नियां असीं गलतियां दर गलतियां टक्कांगे इन्हां दीआं और इस सरकार नू गल करांगे। तुसीं ये देखो हरियाणा ही जाओ तुसीं खट्टड़ साहब दे नाल मोदी जी दी तस्वीर होनी बहुत जरूरी है भावे अखबारां ने ते भावे उत्थे उन्हां दे डिस्प्ले बोर्ड ने जिहड़े हरियाणा विच लगे हुए ने। इसका मतलब यह है कि हरियाणा सरकार इस गल दी जवाबदेह है या नहीं है मैं ये गल तुहाडे सुरत जिहड़े ने स्रोतागण जिहड़े देख रहे ने तुहाडा इस वेले चैनल ये प्रोग्राम देख रहे ने मैं उन्होंने ये सवाल करदा कि खट्टर साहब सरकार चला रहे ने हरियाणा दी या मोदी जी चला रहे ने या ये डबल इंजन जिहड़ा है सारे ये तां सारे करदे आ तुसीं जे आम आदमी पार्टी की गल कर लो तो भगवंत मान जी के नाल केजरीवाल की होएगी कांग्रेस की गल कर लो तो राहुल गांधी सोनिया गांधी प्रियंका
ਵਟਰਾ ਉਹਨਾਂ ਦੀ ਹੋਏਗੀ। ਇਹ ਤਾਂ ਸਾਰੀਆਂ ਪਾਰਟੀਆਂ ਇਸ 'ਤੇ ਆ। ਜੇ ਸੁਖਬੀਰ ਅਕਾਲੀ ਦਲ ਦੀ ਗੱਲ ਕਰ ਲਓ ਤਾਂ ਸੁਖਬੀਰ ਬਾਦਲ ਜੀ ਦੀ ਉਸ ਤਰੀਕੇ ਨਾਲ ਹੋਏਗੀ, ਭਾਵੇਂ ਉਹ MLA ਹੋਵੇ ਚਾਹੇ ਉਹ ਕਿਤੇ ਵੀ ਛੋਟੀ ਜਿਹੀ ਫਲੈਕਸ ਹੋਵੇ, ਪਰ ਉਹ ਆਪਦੇ ਆਗੂਆਂ ਦੀ ਫੋਟੋ ਲਾਉਂਦੇ ਨੇ। ਮੈਂ ਵੀਰ ਜੀ ਤੁਹਾਨੂੰ ਬੜੀ ਇੱਕ ਸਾਫ਼ ਤੇ ਸਪਸ਼ਟ ਗੱਲ ਤੁਹਾਡੀ ਇਸ ਗੱਲ ਦੇ ਵਿੱਚ ਜਵਾਬ ਦੇਣਾ ਜ਼ਰੂਰੀ ਸਮਝਦਾ। ਮੈਨੂੰ ਅੱਜ ਵੀ ਯਾਦ ਹੈ ਆਪਣੇ ਬਚਪਨ ਦੇ ਦਿਨ ਜਦੋਂ ਸਰਦਾਰ ਪ੍ਰਤਾਪ ਸਿੰਘ ਕਰਨ ਦੀ ਪੰਜਾਬ ਵਿੱਚ ਸਰਕਾਰ ਹੁੰਦੀ ਸੀ ਔਰ ਉਹਨਾਂ ਦਾ ਸਵੇਰੇ ਬਿਨਾਂ ਕਿਸੇ ਸਿਕਿਉਰਿਟੀ ਗਾਰਡ ਦੇ ਜਾਂ ਕਿਸੇ ਜੈਡ ਸਿਕਿਉਰਿਟੀ ਦੇ ਵਾਈਸ ਸਿਕਿਉਰਿਟੀ ਦੇ ਉਹ ਆਪਣਾ ਮੁੱਖ ਮੰਤਰੀ ਨਿਵਾਸ ਦੇ ਉੱਤੇ ਅਰਲੀ ਆਵਰਜ ਵਿੱਚ ਲੋਕਾਂ ਦੀਆਂ ਗੱਲਾਂ ਸੁਣਦੇ ਸੀ ਕਿਉਂਕਿ ਉਹ ਸਮੱਸਿਆ ਕ੍ਰੀਏਟ ਨਹੀਂ ਸੀ ਕਰਦੇ, ਸਮੱਸਿਆ ਸੁਲਝਾਉਂਦੇ ਸੀ। ਸਮੱਸਿਆਵਾਂ ਘੱਟ ਸੀ, ਇਸ ਵੇਲੇ ਸਮੱਸਿਆਵਾਂ ਦੇ ਅੰਬਾਰ ਲੱਗੇ ਹੋਏ ਨੇ। ਜਿੰਨੀਆਂ ਗੱਲਾਂ ਇੱਥੇ ਆਉਂਦੀਆਂ ਨੇ ਸਾਰਾ ਕੁਛ ਹੁੰਦਾ ਉਹਨਾਂ ਦਾ, ਉਹਨਾਂ ਦੇ ਉੱਤੇ ਜੇ ਤੁਸੀਂ ਕੋਈ ਵੀ ਇੱਕ ਛੋਟੇ ਤੋਂ ਛੋਟਾ ਵੀ ਪੱਤਰਕਾਰ ਜਾਂ ਅਖਬਾਰ ਜਾਂ ਕੋਈ ਚੈਨਲ ਲੈ ਲਓ ਤਾਂ ਉਹਦੇ ਵਿੱਚੋਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ 10 PIL ਜ਼ਰੂਰ ਨਿਕਲ ਜਾਂਦੀਆਂ। ਕਿਉਂ? ਕਿਉਂਕਿ ਜਿਹੜੀ ਨਾਕਾਮੀ ਹੈ ਉਹ ਸ਼ਰੇਆਮ ਉਗੜ ਕੇ ਸਾਹਮਣੇ ਆ ਰਹੀ ਹੈ। ਫਿਰ ਤੁਹਾਨੂੰ ਯਾਦ ਕਰਾ ਰਿਹਾ ਮੈਂ, ਗਿਆਨੀ ਕਰਤਾਰ ਸਿੰਘ ਹੁੰਦੇ ਸੀਗੇ, ਚੌਧਰੀ ਲਹਿਰੀ ਸਿੰਘ ਹੁੰਦੇ ਸੀਗੇ, ਜੁਆਇੰਟ ਪੰਜਾਬ ਦੇ ਮਿਨਿਸਟਰ ਉਹੋ ਜਿਹੜੇ ਸੱਜਣ ਸੀਗੇ ਉਹ ਅੱਜ ਰਹੇ ਨਹੀਂ ਕਿਉਂਕਿ ਉਹਨਾਂ ਕੋਲ ਇੱਕ ਸੇਵਾ ਭਾਵ ਸੀ। ਅੱਜ ਸੇਵਾ ਭਾਵ ਦਾ ਟਾਈਟਲ ਜ਼ਰੂਰ ਹੈ ਲੇਕਿਨ ਹੋਰ ਕੁਛ ਨਹੀਂ। ਤੁਸੀਂ ਇਹ ਦੇਖੋ ਮੋਦੀ ਜੀ ਦਾ ਫੋਟੋ ਸੈਸ਼ਨ ਹੁੰਦਾ ਸੀ ਜਦੋਂ ਆਪਣੇ ਮਾਤਾ ਜੀ ਨੂੰ ਮਿਲਣ ਜਾਂਦੇ ਸੀ, ਹੋਣਾ ਚਾਹੀਦਾ। ਇਹ ਦੇਸ਼ ਦੇ ਲੋਕਾਂ ਲਈ ਇੱਕ ਦੇਸ਼ ਦੇ ਯੂਥ ਲਈ ਪ੍ਰੇਰਣਾ ਸੀ, ਹੋਣੀ ਚਾਹੀਦੀ ਹੈ। ਲੇਕਿਨ ਅੱਜ ਜੋ ਮੋਦੀ ਜੀ ਨੇ ਕਰਕੇ ਦਿਖਾ ਦਿੱਤਾ ਹੈ ਜੰਤਰ ਮੰਤਰ ਦੇ ਉੱਤੇ, ਧੀਆਂ ਦੇ ਉੱਤੇ ਪੁਲਿਸ ਦਾ ਅਤਿਆਚਾਰ ਦਿਖਾ ਦਿੱਤਾ ਹੈ ਔਰ ਉਹਨਾਂ ਕੋਲੋਂ ਇਹ ਇੱਕ ਵਾਰੀ ਵੀ ਸ਼ਬਦ ਨਹੀਂ ਨਿਕਲੇ, ਧੀਓ ਤੁਸੀਂ ਇੰਨੀ ਦੇਰ ਦੀਆਂ ਬੈਠੀਆਂ ਹੋ ਇੱਥੇ ਕਾਹਦੇ ਲਈ ਬੈਠੀਆਂ? ਜੇ ਕੋਈ ਆਪਣਾ ਬੱਚਾ ਧੀ ਪੁੱਤਰ ਹੋਵੇ ਤਾਂ ਉਹਦਾ ਦੁੱਖ ਪਤਾ ਹੁੰਦਾ। ਲੇਕਿਨ ਮੋਦੀ ਜੀ ਨੇ ਜਦੋਂ ਉਹਨਾਂ ਧੀਆਂ ਨਾਲ ਫੋਟੋ ਸੈਸ਼ਨ ਕੀਤਾ ਸੀਗਾ, ਗੋਲਡ ਮੈਡਲ ਜਿੱਤ ਕੇ ਲਿਆਈਆਂ ਸੀ, ਉਦੋਂ ਤਾਂ ਉਹਨਾਂ ਨੇ ਬੜੇ ਚਾਅ ਨਾਲ ਫੋਟੋਆਂ ਖਿਚਾਈਆਂ ਸੀ, ਧੀ ਸ਼ਬਦ ਦਾ ਵੀ ਇਸਤੇਮਾਲ ਕੀਤਾ ਸੀ ਕਿ ਅੱਜ ਉਹ ਧੀਆਂ ਦਾ ਦਰਜਾ ਜਿਹੜਾ ਉਹਨਾਂ ਤੋਂ ਖੋਹ ਲਿਆ ਗਿਆ। ਇਸ ਗੱਲ ਦੀ ਜਵਾਬਦੇਹੀ ਜਿਹੜੀ ਹੈ ਦੇਸ਼ ਮੰਗਦਾ, ਮੈਂ ਨਹੀਂ ਮੰਗਦਾ, ਦੇਸ਼ ਜਿਹੜਾ ਹੈ ਦੇਸ਼ ਦੇ ਲੋਕ ਜਿਹੜੇ ਨੇ ਦੱਸਦੇ ਨੇ। ਔਰ ਜੇ ਇਹ ਕਿਹਾ ਜਾਏ ਕਿ ਮੋਦੀ ਜੀ ਦੇ ਭਗਤ ਵੀ ਇਸ ਵੇਲੇ ਸੱਟੇ 'ਚ ਨੇ ਕਿਉਂਕਿ ਉਹਨਾਂ ਦੀ ਵੀ ਆਪਸ ਵਿੱਚ ਰਸਾਖਸ਼ੀ, ਕਸ਼ਮਕਸ਼ ਤੇ ਆਦਾਨ ਪ੍ਰਦਾਨ ਕਈ ਲੋਕਾਂ ਨਾਲ ਹੋ ਰਿਹਾ ਜਿਹਦੇ ਵਿੱਚ ਉਹਨਾਂ ਨੂੰ ਇਸ ਫਜ਼ੀਅਤ ਨੂੰ ਚੱਲਣਾ ਪੈ ਰਿਹਾ। ਮੋਦੀ ਜੀ ਇੱਕ ਬੜੇ ਅਪਰਾਈਟ ਪਰਸਨ ਨੇ, 18 ਘੰਟੇ ਕੰਮ ਕਰਦੇ ਨੇ ਲੇਕਿਨ 18 ਘੰਟਿਆਂ ਵਿੱਚੋਂ 18 ਮਿੰਟ ਜਾਂ ਸਕਿੰਟ ਜਿਹੜੇ ਹੈ ਦੇਸ਼ ਦੀਆਂ ਧੀਆਂ ਲਈ ਜੰਤਰ ਮੰਤਰ ਤੇ ਜਾ ਕੇ ਨਹੀਂ ਕਰ ਸਕੇ। ਇਹ ਸਭ ਤੋਂ ਵੱਡੀ ਜਿਹੜੀ ਗਲਤ ਗੱਲ ਹੈ ਜਿਹੜੀ ਮੋਦੀ ਸਾਹਿਬ ਤੇ $5 trillion ਦਾ ਜਿਹੜਾ ਟਾਰਗੇਟ ਇਹਨਾਂ ਨੇ ਸੈੱਟ ਕੀਤਾ ਉਸ ਨੂੰ ਸਭ ਤੋਂ ਵੱਡਾ ਸੈਟਬੈਕ ਹੈ। ਵਿਸ਼ਵ ਗੁਰੂ ਬਣਨ ਚੱਲੇ ਸੀ ਤੇ ਘਰ ਦੇ ਵੀ ਨਹੀਂ ਰਹੇ, ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ, ਇਹ ਗੱਲ ਆਮ ਕੀ ਜਾਂਦੀ ਹੈ। ਜੇ ਤੁਸੀਂ ਇਹ ਦੇਖੋ ਅੱਜ ਇਹ ਧੀਆਂ ਕਿਉਂ ਇਹਨਾਂ ਨਾਲ ਏਦਾਂ ਦੀ ਗੱਲ ਹੋ ਰਹੀ ਹੈ, ਕਿਸ ਵਜ੍ਹਾ ਕਰਕੇ ਹੋ ਰਹੀ ਹੈ, ਤੇ ਉਸ ਕੁਲਭੂਸ਼ਣ ਜੀ ਨੂੰ ਇਹਨਾਂ ਨੇ ਪਾਰਲੀਮੈਂਟ ਵਿੱਚ ਸੱਦ ਕੇ ਇਸ ਗੱਲ ਦੇ ਸੰਕੇਤ ਦਿੱਤੇ ਨੇ ਵੀ ਬਲਤਕਾਰੀ ਜਿਹੜੇ ਨੇ ਇਸ ਪਾਰਲੀਮੈਂਟ ਤੇ ਕਾਬਜ਼ ਹੋ ਗਏ ਨੇ, ਤਾਨਾਸ਼ਾਹੀ ਦਾ ਆਗਾਜ਼ ਹੋ ਗਿਆ, ਦੇਸ਼ ਦੇ ਲੋਕਾਂ ਦੀ ਜਿਹੜੀ ਹੈ ਆਵਾਜ਼ ਦਬ ਗਈ ਹੈ, ਕੌਂਸਟੀਟਿਊਸ਼ਨ ਜਿਹੜਾ ਖਤਮ ਕਰ ਦਿੱਤਾ ਗਿਆ ਔਰ ਜਿਹੜੀ ਸੁਪਰੀਮ ਕੋਰਟ ਹੈ ਉਸ ਨੂੰ ਕਿਡਨੈਪ ਕਰ ਲਿਆ ਗਿਆ ਜਾਂ ਹਾਈਜੈਕ ਕਰ ਲਿਆ ਗਿਆ। ਇਹ ਜਿਹੜੀਆਂ ਗੱਲਾਂ ਤੇ ਸਮੀਕਰਨ ਨਿਕਲ ਰਹੇ ਨੇ, ਇਹ 5 January 2021 ਦੀ ਜਜਮੈਂਟ ਸੈਂਟਰਲ ਵਿਸਟਾ ਤੇ ਜਿਹੜੀ ਆਈ ਸੀ ਮਾਨਯੋਗ ਸੁਪਰੀਮ ਕੋਰਟ ਦੀ, ਉਹ ਇਸ ਦਾ ਸਾਫ਼ ਤੇ ਸਪਸ਼ਟ ਤੌਰ ਤੇ ਨਤੀਜਾ ਦੇ ਰਹੀ ਹੈ ਕਿ ਜਿਹੜੇ ਜਿੰਨੇ ਵੀ ਕੰਮ ਨੇ ਉਹ ਗਲਤ ਹੋ ਰਹੇ ਨੇ, ਉਹਨਾਂ ਦੇ ਉੱਤੇ ਸੁਪਰੀਮ ਕੋਰਟ ਦੀ ਵੀ ਤਾਕਤ ਨਹੀਂ, ਜ਼ਰੂਰਤ ਨਹੀਂ। ਅੱਜ ਜਸਟਿਸ ਕ੍ਰਿਸ਼ਨ ਅਈਅਰ ਯਾਦ ਆਉਂਦੇ ਨੇ, ਅੱਜ ਕੇਸ਼ਵਾਨੰਦ ਭਾਰਤੀ ਯਾਦ ਆਉਂਦੇ ਨੇ 1972 'ਚ ਜਿਨ੍ਹਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਚੈਲੇਂਜ ਕਰ ਦਿੱਤਾ ਸੀ, ਇੰਡੀਆ ਦੀ ਮੋਸਟ ਪਾਵਰਫੁਲ ਪ੍ਰਾਈਮ ਮਿਨਿਸਟਰ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਚੈਲੇਂਜ ਕਰਕੇ, ਉਹਨਾਂ ਦੀ ਜਿਹੜੀ ਅਮੈਂਡਮੈਂਟ ਸੀ ਕੌਂਸਟੀਟਿਊਸ਼ਨ ਆਫ ਇੰਡੀਆ ਵਿੱਚ ਉਹਨੂੰ ਚੈਲੇਂਜ ਕਰ ਦਿੱਤਾ ਸੀ। ਅੱਜ ਦੇ ਜਿੰਨੇ ਵੀ ਸਾਧੂ ਸੰਤ ਨੇ ਉਹ ਕੇਸ਼ਵਾਨੰਦ ਭਾਰਤੀ ਵਰਗੇ ਨਹੀਂ, ਉਹ ਕਿਹੋ ਜਿਹੇ ਨੇ, ਉਹ ਸੰਸਦ ਦੇ ਵਿੱਚ ਸ਼ਰੇਆਮ ਜੋ ਉਹਨਾਂ ਦੀ ਗੱਲ ਆਈ ਹੈ ਸਾਹਮਣੇ, ਇਹ ਇੱਕ ਐਸੀ ਗਲਤ ਪਰੰਪਰਾ ਦਾ ਕੱਲ ਦਾ ਇਤਿਹਾਸਕ ਦਿਹਾੜਾ ਬਣ ਗਿਆ ਕਿ ਜਿਹੜਾ ਇਤਿਹਾਸਕ ਦਿਹਾੜਾ ਨਾ ਹੋ ਕੇ ਕੋਈ ਹੋਰ ਦਿਹਾੜਾ ਹੋ ਕੇ ਨਿਬੜ ਗਿਆ। ਜੇ ਕੋਈ ਹੋਰ ਸਰਕਾਰ ਆ ਗਈ ਤਾਂ ਇਹ ਵੀ ਪੋਸੀਬਲ ਹੈ ਸੈਂਟਰਲ ਵਿਸਟਾ ਨੂੰ ਡਿਮੋਲਿਸ਼ ਕਰਨ ਦੇ ਆਰਡਰ ਵੀ ਉਹ ਕਰ ਸਕਦੀ ਹੈ।
क्योंकि साडे देश दे विच कुछ भी प्रिडिक्ट किया जा सकता है या अनप्रिडिक्ट किया जा सकता है, यह तो समा दसता है। लेकिन एक चीज जरूर साफ से स्पष्ट तौर पर नजर आती है, जदों मोदी जी बेटी बचाओ बेटी पढ़ाओ दे अंदोलन दे विच आगाज कर रहे ने, ते उन्हां नूं ये पता ही नहीं उन्हां दे थिंक टैंक ने उन्हां नूं किधर ला दिता है। ये थिंक टैंक जिन्ना है इन्हां दी जवाबदेही कौन करेगा, ये मानयोग सुप्रीम कोर्ट के सामने सवाल है। एक गल होर दस्सदा, पार्लीमेंट दे विच जिहड़ी सीट है उहदा मान सम्मान जिहड़ा प्रेजीडेंट करदे ने, संविधान की जिहड़ी रख्या वह प्रेजीडेंट करते हैं। 26 जनवरी का दिहाड़ा जिहड़ा वह प्रेजीडेंट के लैक्चर नाल शुरू हुंदा है। और इत्थे एक गल ये भी चेता दें तुहानूं, जदों प्रेजीडेंट ऑफ इंडिया नूं हर तरह नाल इगनोर किया गया, ईवन इनविटेशन तक नहीं दिता गया, तो इहदा की मतलब कढ़ीए असीं। राष्ट्रपति जी इधर बैठे होंगे तो प्रधानमंत्री उद्घाटन करते भी नहीं वाजिब सीगा, तो इनविटेशन ना देना तो किते ना किते एक मजबूरी भी सी भी अगर उद्घाटन जो प्रधानमंत्री जी तो करवाना है तो फिर इनविटेशन देना बनता भी नहीं, क्योंकि प्रोटोकॉल ये नहीं कहता कि हाँ राष्ट्रपति जी बैठे हो प्रधानमंत्री जी उस चीज का उद्घाटन कर। ते दूजा मेरा सवाल है, क्योंकि जी मेरा दूजा सवाल भी ले लो कि मान लो आप जिवें तुसी देखो भी उदों भी बड़ियां गल्लां होईयां कि GST लागू कर दिता, फिर नोटबंदी कर दिती, भाजपा सरकार दा बहुत वड्डा मतलब लोगों के बहुत वड्डा रोष है, लगदा सी कि ऐतकी पलटी मार जाएगी, पर पलटी नहीं बजी, रिपीट कर जाती है। मेरा सवाल यही है कि जे इन्ना कुछ मान लीजिए मान लीए कि भाजपा इन्ना कुछ कर रही है, इन्ना जे वो जातियां कर रही है, पर फिर भाजपा उस तरीके नाल आती है, गुजरात वाले पासे चले जाओ उत्थे रिकॉर्ड ही बना देंदी है, तो ये किते ना किते ये भी चीज़ा बड़िया मायने रख दिया ने ना जे। तुसी बिल्कुल ठीक कह रहे हो, ਤੁਹਾਨੂੰ ਇੱਕ ਗੱਲ ਮੈਂ ਚੇਤਾਵਾਂ, ਇੱਥੇ 2 ਦਿਨ ਪਹਿਲੇ ਦੀ ਗੱਲ ਹੈ, ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ PIL ਇਸੇ ਵਿਸ਼ੇ ਤੇ ਪ੍ਰੈਜੈਂਟ ਹੋਈ ਸੀ, ਇੱਕ ਵਕੀਲ ਸਾਹਿਬ ਨੇ ਕੀਤੀ ਸੀ, ਔਰ ਵਕੀਲ ਜਿਹੜੇ ਹੁੰਦੇ ਨੇ ਦੇਸ਼ ਨੂੰ ਦਿਸ਼ਾ ਨਿਰਧਾਰਿਤ ਕਰਾਉਂਦੇ ਨੇ, ਦੇਸ਼ ਨੂੰ ਦਿਸ਼ਾ ਦੇਣ ਦਾ ਕੰਮ ਕਰਦੇ ਨੇ, ਤੇ ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਹੀ ਐਂਟਰਟੇਨ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੂੰ ਇਸ਼ਾਰਾ ਕਿਹਦਾ ਹੈ, ਸਾਰੀ ਦੁਨੀਆ ਕਹਿ ਰਹੀ ਹੈ ਜਦੋਂ ਕੋਈ ਪਟੀਸ਼ਨ ਕਿਤੇ ਕੋਰਟ ਵਿੱਚ ਜਾਂਦੀ ਹੈ ਲੱਗਦੀ ਹੈ ਤਾਂ ਉਸ ਦੇ ਉੱਤੇ ਫੈਸਲਾ ਆਉਂਦਾ ਹੈ। ਇਹ ਨਹੀਂ ਕਿਹਾ ਜਾਂਦਾ ਵੀ ਲੈ ਜਾਓ ਇਹਨੂੰ ਚੁੱਕ ਕੇ ਅਸੀਂ ਨਹੀਂ ਇਹਨੂੰ ਐਂਟਰਟੇਨ ਕਰਦੇ, ਇਹ ਕਿਹਾ ਜਾਂਦਾ ਜਾਂ ਨਹੀਂ ਕਿਹਾ ਜਾਂਦਾ, ਇਹ ਇੱਕ ਨਵੀਂ ਪਿਰਤ ਪਈ ਹੈ ਉਦਘਾਟਨ ਤੋਂ ਪਹਿਲੇ, ਇਹ ਕਿਵੇਂ ਤੇ ਕਿਸ ਵੇ ਪਈ ਹੈ ਔਰ ਇਹਦੀ ਜਵਾਬਦੇਹੀ ਕੌਣ ਤੈਅ ਕਰੇਗਾ, ਇਹਦੀ ਜਵਾਬਦੇਹੀ ਵੀ ਦੀ ਪੀਪਲ ਆਫ ਇੰਡੀਆ ਤੈਅ ਕਰਨਗੇ। ਇਹ ਡਾਕਟਰ ਅੰਬੇਦਕਰ ਸਾਹਿਬ ਭੀਮ ਰਾਓ ਅੰਬੇਦਕਰ ਸਾਹਿਬ ਦਾ ਅਪਮਾਨ ਹੋਇਆ, ਇਹ ਦੇਸ਼ ਦੇ ਲੋਕਾਂ ਦਾ ਅਪਮਾਨ ਹੋਇਆ, ਇਹ ਦੇਸ਼ ਦੇ ਤਿਰੰਗੇ ਦਾ ਅਪਮਾਨ ਹੋਇਆ, ਇਹ ਜਿਹੜਾ ਰੌਲਾ ਪਾਇਆ ਸੀ ਇਹਨਾਂ ਨੇ 26 ਜਨਵਰੀ ਨੂੰ ਵੀ ਖਾਲਸਾਈ ਨਿਸ਼ਾਨ ਜਿਹੜਾ ਲਾਲ ਕਿਲੇ ਦੀ ਫਤੀਲ ਤੇ ਆ ਗਿਆ ਉਹ ਖਾਲਿਸਤਾਨੀ ਨੇ, ਤੇ ਹੁਣ ਇਹ ਦੱਸਣ ਵੀ ਇਹ ਕਿਹੜੇ ਅੱਤਵਾਦੀ ਨੇ, ਇਹ ਇਸ ਗੱਲ ਦਾ ਦੱਸਣ ਕਿ ਜਿਹਨਾਂ ਨੇ ਤਿਰੰਗੇ ਦਾ ਜਿਹੜਾ ਅਪਮਾਨ ਕਰਾ ਦਿੱਤਾ ਦਿੱਲੀ ਪੁਲਿਸ ਦੇ ਹੱਥੋਂ, ਇਹ ਕਿਹੋ ਜਿਹੇ ਅੱਤਵਾਦੀ ਸਨ, ਇਹ ਅੱਤਵਾਦੀ ਇੰਡਰੈਸ ਨੇ ਜਾਂ ਕੌਣ ਨੇ ਜਾਂ ਕੀ ਹੈ, ਇਹਨਾਂ ਨੂੰ ਆਇਡੈਂਟੀਫਾਈ ਕੌਣ ਕਰੇਗਾ। ਅਮਿਤ ਸ਼ਾਹ ਹੋਮ ਮਿਨਿਸਟਰ ਨੇ ਭਾਰਤ ਸਰਕਾਰ ਦੇ, ਉਹ ਇਸ ਦੀ ਜ਼ਿੰਮੇਵਾਰੀ ਨਾਲ ਕੋਈ ਸਟੇਟਮੈਂਟ ਦੇਣਗੇ, ਮੇਰਾ ਖਿਆਲ ਨਹੀਂ ਦੇਣਗੇ। ਗੋਦੀ ਮੀਡੀਆ ਨੇ ਜਿੰਨੀ ਅਸੀਂ ਗੱਲ ਵਿਚਾਰੀ ਹੈ ਕੀਤੀ ਹੈ ਅਜੇ ਤੱਕ ਕੋਈ ਇਹਦੇ ਉੱਤੇ ਡਿਬੇਟ ਨਹੀਂ ਕੀਤੀ, ਕੋਈ ਕਿਸ਼ ਨਹੀਂ ਕੀਤੀ, ਲੇਕਿਨ ਕਿਸ਼ੀ ਦੇ ਪੁੱਠੇ ਹੀ ਪੜ ਦਿੱਤੇ ਨੇ। ਜੇ ਤੁਸੀਂ ਚੈਨਲ ਦੇਖੋ ਉਹ ਖਬਰਾਂ ਦਿਖਾਈਆਂ ਜਾ ਰਹੀਆਂ ਜਿਹਨਾਂ ਦਾ ਦੇਸ਼ ਦੇ ਨਾਲ ਦੇਸ਼ ਹਿੱਤ ਦੇ ਨਾਲ ਦੇਸ਼ ਪਿਆਰ ਦੇ ਨਾਲ ਕੋਈ ਸਰੋਕਾਰ ਨਹੀਂ। ਇਹ ਇਹ ਜਿਹੜਾ ਮੀਡੀਆ ਇਹਦਾ ਜਿਹੜਾ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰ ਮਿਸਟਰ ਠਾਕੁਰ ਹੈ, ਇਹ ਉਹੀ ਹੈ ਭਾਰਤ ਸਰਕਾਰ ਦਾ ਜਿਹੜਾ ਕਹਿੰਦਾ ਸੀ ਸ਼ੀਨਬਾਗ ਦੇ ਵਿੱਚ ਜਾ ਕੇ ਗੋਲੀ ਮਾਰੋ ਸਾਲੋਂ ਕੋ। ਜੇ ਇਹੋ ਜਿਹੇ ਬਦਮਾਸ਼ਾਂ ਦੀ ਜੁੰਡਲੀ ਹੈ ਇਹਦੇ ਵਿੱਚ, ਤਾਂ ਫਿਰ ਦੇਸ਼ ਦਾ ਰੱਬ ਰਾਖਾ, ਵੀ ਦੀ ਪੀਪਲ ਆਫ ਇੰਡੀਆ ਨੋ ਕਿ ਅਸੀਂ ਆਪਣੇ ਦੇਸ਼ ਦਾ ਮਾਨ ਸਨਮਾਨ ਕਿਵੇਂ ਕਾਇਮ ਕਰਨਾ, ਤੇ 2024 ਜ਼ਿਆਦਾ ਦੂਰ ਨਹੀਂ, ਆ ਹੀ ਗਿਆ ਤੇ ਆਇਆ ਲਓ। ਇਹ ਇੱਕ ਨੀਂਹ ਰੱਖੀ ਗਈ ਹੈ ਇਸ ਇਤਿਹਾਸਕ ਦਿਹਾੜੇ ਦੇ ਉੱਤੇ, ਔਰ ਇਹ ਨੀਂਹ ਕਿੱਧਰ ਨੂੰ ਲਿਜਾਏਗੀ। ਮੋਦੀ ਜੀ ਦੀਆਂ 2 ਗੱਲਾਂ ਯਾਦ ਆਉਂਦੀਆਂ, ਟੁਕੜੇ ਟੁਕੜੇ ਗੈਂਗ ਪਹਿਲੀ ਗੱਲ, ਤੇ ਦੂਜੀ ਗੱਲ ਇਹ ਕਿ ਦੇਸ਼ ਬਚਾਓ, ਤੇ ਦੇਸ਼ ਵਿੱਚੋਂ ਜਿਹੜੇ ਨੇ ਬੱਚੇ ਉਹ ਭਜਾਓ,
ਜੇ ਅਸੀਂ ਰੁਜ਼ਗਾਰ 2 ਕਰੋੜ ਨਹੀਂ ਦੇ ਸਕੇ ਆਪਣੇ ਦੇਸ਼ ਦੇ ਬੱਚਿਆਂ ਨੂੰ ਜਿਹੜੇ ਹਰ ਸਾਲ ਦੇਣੇ ਸੀਗੇ ਪਿਛਲੇ 9 ਸਾਲਾਂ ਦੇ ਵਿੱਚ, ਅੱਜ ਸਾਰੇ ਲੋਕ ਪੁੱਛ ਰਹੇ ਨੇ ਤਾਂ ਫਿਰ ਇਹ ਕੀ ਗੱਲ ਹੈ। ਇਹ ਬੇਟੀਆਂ ਨੂੰ ਇਹ ਪ੍ਰੋਟੈਸਟ ਕਰਨ ਦਾ ਅਧਿਕਾਰ ਹੈ ਜਾਂ ਨਹੀਂ ਹੈ, ਇਹ ਸੁਪਰੀਮ ਕੋਰਟ ਕਿਉਂ ਚੁੱਪ ਹੈ ਇਸ ਨੂੰ, ਇਸ ਦੇ ਉੱਤੇ ਸਿਉ ਮੁੱਠ ਆਫ ਪਾਵਰ ਆਪਣੀ ਐਕਸਰਸਾਈਜ਼ ਕਰਕੇ ਭਾਰਤ ਸਰਕਾਰ ਦੀ ਜਵਾਬਦੇਹੀ ਕਰਨੀ ਚਾਹੀਦੀ ਹੈ, ਦਿੱਲੀ ਪੁਲਿਸ ਦੀ ਜਵਾਬਦੇਹੀ ਕਰਨੀ ਚਾਹੀਦੀ ਹੈ ਕਿ ਇਹਨਾਂ ਬੇਟੀਆਂ ਨੂੰ ਅਧਿਕਾਰ ਹੈ ਜਾਂ ਨਹੀਂ। ਕੌਂਸਟੀਟਿਊਸ਼ਨ ਦੇ ਵਿੱਚ ਅਧਿਕਾਰ ਹੈ, ਰਾਈਟ ਟੂ ਐਕਸਪ੍ਰੈਸ਼ਨ ਆਫ ਸਪੀਚ, ਰਾਈਟ ਟੂ ਫਰੀਡਮ ਵਗੈਰਾ ਵਗੈਰਾ ਜਿੰਨੇ ਵੀ ਫੰਡਾਮੈਂਟਲ ਰਾਈਟਸ ਨੇ, ਕੀ ਉਹਨਾਂ ਉਹ ਜਿਹੜੇ ਨੇ ਉਸੇ ਤਰ੍ਹਾਂ ਬਿਨਾਂ ਐਮਰਜੈਂਸੀ ਦੇ ਜ਼ੀਰੋ ਕਰ ਦਿੱਤੇ ਗਏ ਨੇ। ਮਿਸਿਸ ਇੰਦਰਾ ਗਾਂਧੀ ਨੇ ਤਾਂ 1975 ਵਿੱਚ ਐਮਰਜੈਂਸੀ ਲਾ ਕੇ ਇਹ ਕੰਮ ਕੀਤਾ ਸੀ ਤੇ ਇਹ ਬਿਨਾਂ ਐਮਰਜੈਂਸੀ ਦੇ ਹੀ ਇਹ ਕੰਮ ਹੋ ਗਿਆ। ਇਹ ਦੇਸ਼ ਜਿਹੜਾ ਇਸ ਵੇਲੇ ਬੜੇ ਸਖਤੇ ਵਿੱਚ ਹੈ ਤੇ ਹੋਰ ਤਾਂ ਹੋਰ ਅੱਜ ਕੱਲ੍ਹ ਜੁਗਤਾਂ ਬੜੀਆਂ ਕੱਢੀਆਂ ਜਾ ਰਹੀਆਂ ਕਿ ਇਹ ਜਿਹੜੀ ਚੱਕਰ ਵਿਊ ਹੈ ਇਹਦੇ ਵਿੱਚ ਇਹ ਬੁਰੀ ਤਰ੍ਹਾਂ ਸਰਕਾਰ ਇਸ ਵੇਲੇ ਆਪ ਫਸ ਚੁੱਕੀ ਹੈ। ਦੇਸ਼ ਦਾ ਜਿਹੜਾ ਇੰਟੈਲੀਜੈਂਸੀ ਹੈ ਉਹ ਵਿਦੇਸ਼ਾਂ ਦਾ ਰੁਖ ਕਰ ਰਿਹਾ, ਕਿਉਂ ਕਰ ਰਿਹਾ? ਮੋਦੀ ਜੀ ਇਸ ਗੱਲ ਦਾ ਜਵਾਬ ਦੇਣਗੇ, ਸੋਚਣਗੇ ਆਪਣੇ 18 ਘੰਟਿਆਂ ਦੇ ਵਿੱਚ ਜਾਂ ਨਹੀਂ ਸੋਚਣਗੇ? ਜਿਹੜਾ 18 ਘੰਟੇ ਕੰਮ ਕਰਦੇ ਆ, ਲੋਕ ਕਹਿੰਦੇ ਨੇ ਉਹ ਕੰਮ ਹੀ ਨਹੀਂ ਕਰਦੇ 18 ਘੰਟੇ ਤੇ, ਉਹ ਫੋਟੋ ਸੈਸ਼ਨ ਕਰਦੇ ਨੇ ਜਾਂ ਖਾਣਾ ਪੀਣਾ ਕਰਦੇ ਨੇ ਜਾਂ ਵਿਦੇਸ਼ਾਂ ਦੀਆਂ ਯਾਤਰਾ ਕਰਦੇ ਨੇ। ਜਦੋਂ ਇਹ ਐਲੀਗੇਸ਼ਨ ਇੱਕ ਦੋਸ਼ਪੂਰਨ ਹੈ ਜਿਹੜਾ ਆਉਂਦਾ ਪ੍ਰਧਾਨ ਮੰਤਰੀ ਦੇ ਉੱਤੇ, ਤੇ ਫਿਰ ਕਿੱਥੇ ਭਾਰਤੀ ਦਾ ਮਾਨ ਸਨਮਾਨ ਜਿਹੜਾ ਸਿਰ ਜਿਹੜਾ ਉੱਚਾ ਨਹੀਂ ਹੁੰਦਾ? ਵਿਸ਼ਵ ਗੁਰੂ ਦੀ ਜਿਹੜੀ ਛਵੀ ਹੈ ਉਹ ਭਗਤਾਂ ਦੇ ਨਾਲ ਨਹੀਂ ਬਣਨੀ। ਉਹਨਾਂ ਨੇ ਮੋਦੀ ਮੋਦੀ ਕਹਿ ਦਿੱਤਾ ਤੇ ਵਿਸ਼ਵ ਗੁਰੂ ਦੀ ਛਵੀ ਬਣ ਗਈ। ਜਿਹੋ ਜਿਹੀ ਖਬਰ ਆਸਟ੍ਰੇਲੀਆ ਤੋਂ ਆਈ ਹੈ ਕਿ ਉੱਥੇ BBC ਡਾਕੂਮੈਂਟਰੀ ਦਿਖਾ ਦਿੱਤੀ ਗਈ ਸੀ, ਉੱਥੋਂ ਮੋਦੀ ਜੀ ਦੀ ਫਜ਼ੀਅਤ ਜੋ ਹੋਈ ਹੈ ਉਹ ਸਾਰੀ ਸੋਸ਼ਲ ਮੀਡੀਆ ਨੇ ਦਿਖਾ ਦਿੱਤੀ ਹੈ, ਲੇਕਿਨ ਸਾਡੇ ਕਿਸੇ ਵੀ ਅਧਿਕਾਰਤ ਚੈਨਲ ਨੇ ਨਹੀਂ ਦਿਖਾਈ। ਇਹ ਤਸਵੀਰ ਜਿਹੜੀ ਹੈ ਸਾਫ਼ ਤੇ ਸਪਸ਼ਟ ਤੌਰ ਤੇ ਦੇਸ਼ ਵਾਸੀਆਂ ਦੇ ਸਾਹਮਣੇ ਰੱਖਣੀ ਅਤਿ ਜ਼ਰੂਰੀ ਹੈ। ਜੇ ਇਹ ਨਹੀਂ ਰੱਖੀ ਜਾਂਦੀ ਇਹ ਤਸਵੀਰ ਦੇਸ਼ ਦੀ, ਤੇ ਫਿਰ ਚੱਲ ਰਾਣੀ ਤੇਰਾ ਰੱਬ ਰਾਖਾ। ਬਿਲਕੁਲ ਜੀ ਪੱਟੀ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ, ਸਤਿ ਸ਼੍ਰੀ ਅਕਾਲ। ਤੇ ਇਹ ਸੀ ਸੀਨੀਅਰ ਵਕੀਲ ਜਗਮੋਹਨ ਸਿੰਘ ਪੱਟੀ ਜੀ, ਤੇ ਇਹ ਸੀ ਉਹਨਾਂ ਦਾ ਨਜ਼ਰੀਆ। ਹੁਣ ਦੇਖਣਾ ਹੋਏਗਾ ਕਿ ਵਾਕਈ ਕੱਲ੍ਹ ਵਾਲੇ ਜਿਹੜੇ ਘਟਨਾ ਹੋਈ ਹੈ ਉਸਦਾ ਕਿੰਨਾ ਕੁ ਅਸਰ 2024 ਦੀ ਚੋਣਾਂ 'ਤੇ ਪੈਂਦਾ ਹੈ। ਖੈਰ ਇਹ ਸੀ ਅੱਜ ਦਾ ਨਜ਼ਰੀਆ, ਕੱਲ੍ਹ ਫਿਰ ਮਿਲਾਂਗੇ ਕਿਸੇ ਹੋਰ ਖਬਰ 'ਤੇ ਨਜ਼ਰ ਲੈ ਕੇ ਨਜ਼ਰੀਆ ਪਿਉਣ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।